ਕਿਵੇਂ ਲੱਗੇ ਜੀ ਅੱਜ ਦਾ ਸਕੂਲ ਦੇਖ ਕੇ ਆਏ ਹੋ ਮਤਲਬ ਐਜੂਕੇਸ਼ਨ ਦਾ ਨੈਕਸਟ ਲੈਵਲ ਹੈ ਆਈ ਹੈ ਫੋਨ ਨੀਚੇ ਕਰ ਲੈਣਾ ਬੜੇ ਬੜੇ ਸਕੂਲ ਅਜੇ ਸੋਚ ਵੀ ਨਹੀਂ ਸਕਦੇ ਉਹ ਸਰਕਾਰੀ ਸਕੂਲ ਦੇ ਵਿੱਚ ਲਾਗੂ ਹੋ ਚੁੱਕਿਆ ਔਰ ਡਿਜੀਟਲ ਪੜ੍ਹਾਈ ਚੱਲ ਰਹੀ ਹੈ ਔਰ ਬੜੀ ਬੜੀ ਕੰਪਨੀਆਂ ਨਾਲ ਜਿਹੜਾ ਕੋਲਾਬੋਰੇਸ਼ਨ ਚੱਲ ਰਹੀ ਹੈ ਮਤਲਬ ਮੈਂ ਇਸ ਤਰ੍ਹਾਂ ਦਾ ਸਕੂਲ ਜਿਹੜਾ ਹੈ ਤਾਂ ਅਮੈਰੀਕਾ ਕਨੇਡਾ ਦੇਖੇ ਨੇ ਬਟ ਇਸ ਲੈਵਲ ਤੇ ਇੰਡੀਆ ਚ ਮੈਂ ਕੁਛ ਦੇਖਿਆ ਮਾਨ ਸਾਹਿਬ ਇਹ ਬਹੁਤ ਬੜਾ ਜਾਮ ਹੈ ਪੁੱਛਿਆ ਵੀ ਕਿ ਉਹ ਪਹਿਲਾਂ ਕਿੱਥੇ ਪੜ੍ਹਦੇ ਸੀ ਬਹੁਤ ਸਾਰੇ ਬੱਚੇ ਬੜੇ ਬੜੇ ਪ੍ਰਾਈਵੇਟ ਸਕੂਲ ਛੱਡ ਕੇ ਆਏ ਨੇ ਉਹ ਕਹਿੰਦੇ ਸੀ ਇੱਥੇ ਸਾਨੂੰ ਜ਼ਿਆਦਾ ਫੈਸਿਲਿਟੀਆਂ ਮਿਲ ਰਹੀਆਂ ਨੇ ਔਰ ਬੱਚਿਆਂ ਨੂੰ ਨਵੇਂ ਨਵੇਂ ਆਈਡੀਆਜ਼ ਉਹਨਾਂ ਦੇ ਔਰ ਐਸੇ ਉਮਰ ਤੋਂ ਹੀ ਜਿਹੜੇ ਇਨਵੈਸਟਰ ਨੇ ਉਹ ਬਿਜ਼ਨਸਮੈਨ ਨੇ ਜਿਹੜੇ ਉਹ ਆਪਣੇ ਫਿਊਚਰ ਦੇ ਜਿਹੜੇ ਸੀਓ ਫਿਊਚਰ ਦੇ ਜਿਹੜੇ ਉਹਨਾਂ ਦੇ ਹੈੱਡ ਹੋਣਗੇ ਆਪਣੇ ਆਪਣੇ ਟੈਕਨੀਕਸ ਤੇ ਉਹਨਾਂ ਨੂੰ ਚੁਣ ਰਹੇ ਨੇ ਕਿ ਤੁਸੀਂ ਆ ਲਓ ਸਾਡੇ ਤੋਂ ਪੈਸੇ ਤੁਸੀਂ ਹੋਰ ਕਾਢਾਂ ਕੱਢੋ ਹੋਰ ਖੋਜਾਂ ਕਰੋ ਤੇ ਮੇਰੇ ਖਿਆਲ ਚ ਨਾਲ ਦੀ ਨਾਲ ਪ੍ਰੈਕਟੀਕਲ ਚੱਲ ਰਿਹਾ ਨਾਲ ਦੀ ਨਾਲ ਥਿਊਰੀ ਚੱਲ ਰਹੀ ਹੈ ਔਰ ਇਟਸ ਮਾਈਂਡ ਬਲੋਇੰਗ ਮਤਲਬ ਦੇਖ ਕੇ ਮਜ਼ਾ ਆ ਪੰਜਾਬ ਦੇ ਵਿੱਚ ਜੇ ਇਹ ਮਾਡਲ ਕਦੋਂ ਤੱਕ ਪੇਸ਼ ਹੋ ਸਕਦੇ ਆ ਜਾਂ ਪੰਜਾਬ ਦੇ ਲੋਕਾਂ ਨੂੰ ਇਹ ਮਾਡਲ ਕਦੋਂ ਤੱਕ ਦੇਖਣ ਨੂੰ ਅਸੀਂ ਨਕਸ਼ਾ ਲੈ ਲਏ ਨੇ ਅੱਜ ਮੇਰੇ ਨਾਲ ਨੀਤ ਹੇਰ ਜੀ ਆਏ ਨੇ ਐਜੂਕੇਸ਼ਨ ਮਿਨਿਸਟਰ ਨੇ ਆਫੀਸਰ ਸਾਰੇ ਆਏ ਨੇ ਹੈਲਥ ਮਿਨਿਸਟਰ ਆਏ ਨੇ ਔਰ ਹੈਲਥ ਮੰਤਰੀ ਜਿਹੜੇ ਨੇ ਉਹ ਮੁਹੱਲਾ ਕਲੀਨਿਕ ਚ ਜਾਵਾਂਗੇ ਹੁਣ ਦੇਖਾਂਗੇ ਸੋ ਹੈਲਥ ਐਂਡ ਐਜੂਕੇਸ਼ਨ ਸਾਡਾ ਪ੍ਰਾਇਓਰਟੀ ਸੀ ਪਹਿਲਾਂ ਵੀ ਆਮ ਆਦਮੀ ਪਾਰਟੀ ਦੀ ਦਿੱਲੀ ਦੇ ਵਿੱਚ ਵੀ ਪੰਜਾਬ ਦੇ ਵਿੱਚ ਵੀ ਅਸੀਂ ਗਰੰਟੀਆਂ ਸਭ ਤੋਂ ਪਹਿਲਾਂ ਹੈਲਥ ਤੇ ਐਜੂਕੇਸ਼ਨ ਦੇ ਦਿੱਤੀਆਂ ਸੀ ਬੜੀ ਜਲਦੀ ਤੁਹਾਨੂੰ ਪੰਜਾਬ ਦੇ ਵਿੱਚ ਜਿਹੜੇ ਨੇ ਸਕੂਲ ਜਿਹੜੇ ਸਮਾਰਟ ਸਕੂਲ ਜਾਂ ਇਸ ਤਰ੍ਹਾਂ ਦੇ ਡਿਜੀਟਲ ਸਕੂਲ ਐਕਸਟਰਾ ਡਿਜੀਟਲ ਸਕੂਲ ਦੇਖਣ ਨੂੰ ਮਿਲਣਗੇ ਔਰ ਦਿੱਲੀ ਭਾਵੇਂ ਜਗ੍ਹਾ ਦੀ ਕਮੀ ਹੈ ਪਰ ਇਹਨਾਂ ਨੇ ਸਕੂਲਾਂ ਨੂੰ ਉੱਪਰ ਚੱਕਿਆ ਸਾਰੀ ਬਿਲਡਿੰਗ ਨਵੀਂ ਹੈ ਸਾਡੇ ਕੋਲ ਜਗ੍ਹਾ ਦੀ ਕਮੀ ਨਹੀਂ ਪਿੰਡਾਂ ਦੇ ਵਿੱਚ ਬਹੁਤ ਸਾਰੇ ਸਕੂਲ ਹੈ ਜਿਹਦੇ ਵਿੱਚ ਪਲੇ ਗਰਾਊਂਡ ਜਾਂ ਹੋਰ ਜਿਹੜੀਆਂ ਲੇਟੈਸਟ ਟੈਕਨੀਕਸ ਨੇ ਉਹ ਲੈ ਕੇ ਆ ਮਨੀਸ਼ ਜੀ ਆਪਕੇ ਪਿੱਛੇ ਖੜੇ ਹੈ ਰੋਜ਼ਗਾਰ ਬਜਟ ਦਿਆ ਐਸਾ ਰੋਜ਼ਗਾਰ ਬਜਟ ਕਿ ਪੰਜਾਬ ਦੇ ਫੋਨ ਪਿੱਛੇ ਕਰਵਾਈ ਨਹੀਂ ਫੋਨ ਕਿਸ ਦਾ ਇਹ ਨੀਚੇ ਕਰਨਾ ਤਾਂ ਨਾ ਮਕਸਦ ਸਾਡੇ ਯੂਥ ਨੂੰ ਜੌਬ ਸੀਕਰਸ ਨਹੀਂ ਜੌਬ ਪ੍ਰੋਵਾਈਡਰਸ ਬਣਾਉਣਾ ਹੈ ਅਸੀਂ ਕੋਸ਼ਿਸ਼ ਕਰਾਂਗੇ ਕਿ ਜੇ ਇਹੋ ਜਿਹੇ ਸਕੂਲ ਸਾਡੇ ਉੱਥੇ ਖੁੱਲਦੇ ਨੇ ਤਾਂ ਕੋਈ ਬੱਚਾ ਜਾਂ ਕੋਈ ਮੁੰਡਾ ਕੁੜੀ ਇਹੋ ਜਿਹਾ ਨਹੀਂ ਹੋਊਗਾ ਜਿਹੜਾ ਹਾਇਰ ਐਜੂਕੇਸ਼ਨ ਲਈ ਜਿਹੜਾ ਉਹ ਵਿਦੇਸ਼ਾਂ ਨੂੰ ਜਾਊਗਾ ਜਾਂ ਆਈਲੈਟਸ ਵਗੈਰਾ ਕਰਕੇ ਉਹ ਕਿਤੇ ਹੋਰ ਵਿਦੇਸ਼ਾਂ ਨੂੰ ਮੁਹੱਲੀ ਮੁਹੱਲਾ ਕਲੀਨਿਕ ਵੀ ਅੱਜ ਦੇਖਣ ਜਾ ਰਹੇ ਹੋ ਮਾਨ ਸਾਹਿਬ ਬੜੀ ਅੱਛੀ ਪ੍ਰੈਜੈਂਟੇਸ਼ਨ ਦਿੱਤੀ ਔਰ ਅਸੀਂ ਬੱਚਿਆਂ ਨੂੰ ਔਰ ਸਭ ਤੋਂ ਵਧੀਆ ਗੱਲ ਇਹ ਹੈ ਕਿ ਬੱਚੇ ਜਿਹੜੇ ਨੇ ਇੱਕ ਕਲਾਸ ਇਸ ਤਰ੍ਹਾਂ ਦੀ ਚੱਲ ਰਹੀ ਸੀ ਜਿੱਥੇ ਪੇਪਰਲੈਸ ਹੈ ਸਿਰਫ ਡਿਜੀਟਲ ਸਕਰੀਨ ਚੱਲ ਰਹੀ ਹੈ ਕਿ ਬੱਚਿਆਂ ਕੋਲ ਜਿਹੜੇ ਨੇ ਲੈਪਟਾਪ ਨੇ ਤੇ ਉਸੇ ਦੀ ਪੜ੍ਹਾਈ ਚੱਲ ਰਹੀ ਹੈ ਔਰ ਇੱਕ ਕਲਾਸ ਇਸ ਤਰ੍ਹਾਂ ਹੀ ਚੱਲ ਰਹੀ ਸੀ ਇਸ ਤਰ੍ਹਾਂ ਦੀ ਚੱਲ ਰਹੀ ਸੀ ਜਿੱਥੇ ਪੇਪਰਲੈਸ ਹੈ ਸਿਰਫ ਡਿਜੀਟਲ ਸਕਰੀਨ ਚੱਲ ਰਹੀ ਹੈ ਕਿ ਬੱਚਿਆਂ ਕੋਲ ਜਿਹੜੇ ਨੇ ਲੈਪਟਾਪ ਨੇ ਤੇ ਉਸੇ ਦੀ ਪੜ੍ਹਾਈ ਚੱਲ ਰਹੀ ਹੈ ਔਰ ਇੱਕ ਕਲਾਸ ਇਸ ਤਰ੍ਹਾਂ ਹੀ ਚੱਲ ਰਹੀ ਸੀ ਕਿ ਉਹ ਟੀਚਰ ਕਿਤੋਂ ਹੋਰ ਬੈਠੇ ਸਪੈਸ਼ਲਿਸਟ ਹੈ ਜਿਹੜੇ ਉਹ ਆਨਲਾਈਨ ਪੜ੍ਹਾ ਰਹੇ ਨੇ ਸੋ ਦਿੱਲੀ ਜਗ੍ਹਾ ਤੇ ਕੋਚਿੰਗ ਕਰਾਤੀ ਹੈ ਕਲੀਨਿਕ ਵੀ ਦੇਖਣ ਜਾ ਰਹੇ ਹਾਂ ਮੁਹੱਲਾ ਕਲੀਨਿਕ ਵੀ ਦੇਖਾਂਗੇ ਇੱਥੋਂ ਜਿਹੜਾ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੂਗਾ ਤੇ ਇਹੀ ਅਸੀਂ ਕਹਿ ਸਕਿਆ ਕਿ ਦਿੱਲੀ ਜੇ ਸਕੂਲ ਵਧੀਆ ਹੋ ਸਕਦੇ ਨੇ ਪੰਜਾਬ 'ਚ ਕਿਉਂ ਨਹੀਂ ਹੋ ਸਕਦੇ ਦਿੱਲੀ 'ਚ ਜੇ ਮੁਹੱਲਾ ਕਲੀਨਿਕ ਹੋ ਸਕਦੇ ਨੇ ਸਰਕਾਰੀ ਹਸਪਤਾਲ ਵਧੀਆ ਹੋ ਸਕਦੇ ਪੰਜਾਬ 'ਚ ਕਿਉਂ ਨਹੀਂ ਹੋ ਸਕਦੇ ਸੋ ਅਸੀਂ ਲਾਗੂ ਕਰਾਂਗੇ ਮੁਹੱਲਾ ਕਲੀਨਿਕ ਵੀ ਅੱਜ ਦੇਖਣ ਜਾ ਰਹੇ ਹੋ ਐਜੂਕੇਸ਼ਨ ਦੇ ਨਾਲ ਹੈਲਥ ਮਾਡਲ ਵੀ ਦੇਖਿਆ ਜਾਏਗਾ ਜੀ ਬਿਲਕੁਲ ਬਿਲਕੁਲ ਹੈਲਥ ਤੇ ਐਜੂਕੇਸ਼ਨ ਮਿਨਿਸਟਰ ਵੀ ਆਏ ਨੇ ਆਫੀਸਰਸ ਵੀ ਆਏ ਨੇ